ਜੀ ਅਸਲਾਮੁਅਲੈਕਮ ਤੇ ਭਾਈ ਜਾਨ ਕੀ ਹਾਲ ਹੈ ਠੀਕ ਹੋ ਤੇ ਭਾਈ ਐਸ ਭਾਈ ਨੇ ਕਮੈਂਟ ਅੱਗੇ ਵੀ ਮੇਰੀ ਇੱਕ ਦੋ ਵੀਡੀਓ ਤੇ ਕੀਤਾ ਹੋਵੇ ਤੇ ਲੇਕਿਨ ਐ ਕਿ ਮੈਂ ਥੋੜਾ ਜਿਹਾ ਇਗਨੋਰ ਹੀ ਕਰ ਛੜਿਆ ਸੀ ਠੀਕ ਹੈ ਲੇਕਿਨ ਉਹਨੇ ਜਿਹੜਾ ਉਹ ਮੈਨੂੰ ਜਵਾਬ ਦੇਣਾ ਮੈਂ ਜ਼ਰੂਰੀ ਸਮਝਿਆ ਭਾਈ ਜਾਨ ਨੇ ਕਮੈਂਟ ਕੀਤਾ ਕਿ ਸਾਨੂੰ 2 ਸਾਲ ਹੋ ਗਏ ਨੇ ਇੱਥੇ ਠੀਕ ਹੈ ਤੇ ਅਸੀਂ ਤੇ ਬੜਾ ਮਤਲਬ ਅੱਛਾ ਰੋਜ਼ਗਾਰ ਤੇ ਅਸੀਂ ਖੁਸ਼ ਹਾਂ ਤੇ ਠੀਕ ਹੈ ਚਲੋ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਠੀਕ ਹੈ ਤੁਹਾਡਾ ਰੋਜ਼ਗਾਰ ਅੱਛਾ ਲੱਗਿਆ ਲੇਕਿਨ ਐ ਇਹ ਤੇ ਭਾਈ ਜਾਨ ਮੇਰਾ ਸਿਰਫ ਮਕਸਦ ਹੈ ਇਹ ਵੀਡੀਓ ਬਣਾਉਣ ਦਾ ਕਿ ਸਾਡੇ ਪਾਕਿਸਤਾਨ ਤੋਂ ਲੋਕ ਆਉਂਦੇ ਨੇ ਠੀਕ ਹੈ ਲੀਬੀਆ ਵਾਸਤੇ ਕਿ ਲੀਬੀਆ ਠੀਕ ਹੈ ਲੇਕਿਨ ਭਾਈ ਲੀਬੀਆ ਆ ਕੇ ਆ ਕੇ ਵਿੱਚ ਜੋ ਉਹਨਾਂ ਦੇ ਜ਼ਿਹਨ ਵਿੱਚ ਹੁੰਦਾ ਨਾ ਠੀਕ ਹੈ ਹੁੰਦਾ ਨਹੀਂ ਹੈ ਠੀਕ ਹੈ ਪਹਿਲੇ ਨੰਬਰ ਤੇ ਆਇਆ ਕਿ ਤੁਸੀਂ 에어ਪੋਰਟ ਤੇ ਤੁਹਾਨੂੰ ਸਮਝ ਆ ਜਾਂਦੀ ਹੈ ਤੁਹਾਡਾ ਪਾਸਵਰਡ ਕਿਉਂ ਮਤਲਬ ਪੁਲਿਸ ਵਾਲੇ ਲੈ ਲੈਂਦੇ ਨੇ ਗੱਲ ਦੀ ਗੱਲ ਹੈ ਕਿਸੇ 에어ਪੋਰਟ ਤੇ ਇਸ ਤਰ੍ਹਾਂ ਹੁੰਦਾ ਵੇ ਕਿਸੇ ਵੀ ਮਤਲਬ ਕੰਟਰੀ ਦੇ ਵਿੱਚ ਨਹੀਂ ਹੁੰਦਾ ਹੈ ਭਾਈ ਜਾਨ ਸਹੀ ਹੈ ਦੂਜੇ ਨੰਬਰ ਤੇ ਜੇ ਅਗਰ ਉਹ ਮੁਲਕ ਅੱਛਾ ਹੋਵੇ ਠੀਕ ਹੈ ਤੇ ਉੱਥੇ ਦੀਆਂ ਗੱਡੀਆਂ ਦੇ ਨੰਬਰ ਪਲੇਟਾਂ ਤੇ ਮੰਨਾ ਠੀਕ ਹੈ ਤੇ ਨਹੀਂ ਕਿ ਨੰਬਰ ਪਲੇਟਾਂ ਤੋਂ ਬਗੈਰ ਹੀ ਤੁਸੀਂ ਜਨਾਬ ਲੈ ਕੇ ਜਾ ਰਹੇ ਹੋ ਜਿੱਧਰ ਮਰਜ਼ੀ ਠੀਕ ਹੈ ਅੱਛਾ ਤੁਸੀਂ ਉੱਥੇ ਮਤਲਬ ਖੁਸ਼ਬਾਸ਼ ਹੋ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਠੀਕ ਹੈ ਕੰਮ ਸ਼ਾਮ ਤੁਹਾਡਾ ਸਹੀ ਹੈ ਲੇਕਿਨ ਦੂਜੇ ਨੰਬਰ ਤੇ ਉੱਥੇ ਤੇ ਜੈਂਟ ਵੀ ਹੋਸ਼ ਨੇ ਠੀਕ ਹੈ ਜੈਂਟ ਉੱਥੇ ਪਤਾ ਜੀ ਕਿੰਨੇ ਪੈਸੇ ਕਮਾ ਰਿਹਾ ਉਹ ਵੀ ਬਾਮ ਨੂੰ ਜਨਾਬ ਸਬਜ਼ ਬਾਗ ਵਹਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਇਹ ਵੋ ਸਹੀ ਹੈ ਲੇਕਿਨ ਭਾਈ ਮੈਂ ਮੇਰੀ ਨਜ਼ਰ ਦੇ ਵਿੱਚ ਲੀਬੀਆ ਮੁਲ ਕਦੇ ਹੁੰਦਾ ਸੀ ਠੀਕ ਹੈ ਅੱਜੇ ਵੀ ਉਹਦੇ ਤੇ ਹਕਮਤ ਹੋ ਜੇ ਤੇ ਉਹ ਭਾਈ ਜੀ ਦੁਨੀਆ ਦਾ ਬੈਸਟ ਮੁਲਕ ਹੋ ਸਕਦਾ ਠੀਕ ਹੈ ਉੱਥੇ ਸਰਕਾਰ ਇੱਕ ਇੱਕ ਜਿਹੜਾ ਧਿਰਮ ਦਾ 7 ਲੀਟਰ ਪੈਟਰੋਲ ਲੱਭਦਾ ਸਹੀ ਹੈ ਹਾਂ ਤੇ ਵੇਖ ਲੋ ਮਤਲਬ ਉਹ ਉਹ ਉੱਥੇ ਦੇ ਲੋਕ ਤੇ ਖੁਸ਼ ਨੇ ਕਿਉਂਕਿ ਉਹ ਮਾਫੀਆ ਵੇ ਠੀਕ ਹੈ ਉਹ ਪੈਸੇ ਜਿਸ ਤਰ੍ਹਾਂ ਵੀ ਹੈ ਦੋ ਨੰਬਰ ਤੰਦਾਕਾਰ ਕੇ ਪੈਸੇ ਕਮਾ ਰਹੇ ਨੇ